ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਜੀ ਕੋਲ ਫਿਰ ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਪਸੰਦੀਦਾ ਸ਼ੋਅ ਜਿਸਦਾ ਨਾਮ ਹੈ ਜੀ ਬਾਲੀਵੁੱਡ ਮਸਾਲਾ ਤੇ ਬਾਲੀਵੁੱਡ ਮਸਾਲਾ ਵਿੱਚ ਅੱਜ ਮੈਂ ਗੁੱਡ ਨਿਊਜ਼ ਲੈ ਕੇ ਆਈ ਹਾਂ ਜੀ ਉਹ ਪੰਜਾਬੀ ਐਕਟਰ ਦੇ ਨਾਲ ਜੁੜੀ ਹੋਈ ਜਿਨ੍ਹਾਂ ਦੀ ਐਕਟਿੰਗ ਨੂੰ ਤੁਸੀਂ ਹਮੇਸ਼ਾ ਹੀ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਅਤੇ ਹਮੇਸ਼ਾ ਹੀ ਉਹ ਇੱਕ ਵੱਖਰੇ ਹੀ ਅੰਦਾਜ਼ ਦੀਆਂ ਫਿਲਮਾਂ ਲੈ ਕੇ ਆਉਂਦੇ ਨੇ ਜੀ ਹਾਂ ਦਰਸ਼ਕੋ ਮੈਂ ਗੱਲ ਕਰਨ ਜਾ ਰਹੀ ਹਾਂ ਜੀ ਦੇਵ ਖਰੋੜ ਜੀ ਦੀ ਤੁਹਾਨੂੰ ਪਤਾ ਹੀ ਹੈ ਦੇਵ ਖਰੋੜ ਜੀ ਹੁਣ ਤੱਕ ਕਿੰਨੀਆਂ ਹੀ ਸੁਪਰ ਡੁਪਰ ਹਿੱਟ ਫਿਲਮਾਂ ਲੈ ਕੇ ਆ ਚੁੱਕੇ ਨੇ ਅਤੇ ਦੇਵ ਖਰੋੜ ਜੀ ਹਾਲਾਂ ਵਿੱਚ ਹੀ ਆਪਣੀ ਫਿਲਮ ਲੈ ਕੇ ਆਏ ਸੀ ਜੀ ਜੋ ਨਸ਼ਿਆਂ ਦੇ ਵਿਰੁੱਧ ਸੀ ਜਿਸਦਾ ਨਾਮ ਸੀ ਜੀ ਡਾਕੂਆਂ ਦਾ ਮੁੰਡਾ ਅਤੇ ਫਿਲਮ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਅਤੇ ਫਿਲਮ ਸੁਪਰ ਡੁਪਰ ਹਿੱਟ ਰਹੀ ਅਤੇ ਹੁਣ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਦੇਵ ਖਰੋੜ ਜੀ ਆਪਣੀ ਇੱਕ ਹੋਰ ਨਵੀਂ ਫਿਲਮ ਲੈ ਕੇ ਆ ਰਹੇ ਨੇ ਜਿਸਦਾ ਨਾਮ ਹੈ ਜੀ ਜਿੰਦੜੀ ਅਤੇ ਤੁਹਾਨੂੰ ਇਹ ਵੀ ਦੱਸ ਦੇਵਾਂ ਕਿ ਫਿਲਮ ਦਾ ਪੋਸਟਰ ਵੀ ਰਿਲੀਜ਼ ਹੋ ਚੁੱਕਿਆ ਪੋਸਟਰ ਦੇ ਹਿਸਾਬ ਨਾਲ ਦੇਵ ਖਰੋੜ ਜੀ ਦੇ ਹੱਥ ਵਿੱਚ ਹੱਥਕੜੀ ਲੱਗੀ ਹੋਈ ਵੀ ਦਿਖਾਈ ਗਈ ਹੈ ਅਤੇ ਪੋਸਟਰ ਦੇ ਉੱਤੇ ਇੱਕ ਲਾਈਨ ਵੀ ਲਿਖੀ ਹੋਈ ਹੈ ਕਿ ਅਸੀਂ ਉਮੀਦ 'ਤੇ ਨਹੀਂ ਆਪਣੀ ਜ਼ਿੱਦ 'ਤੇ ਜਿਉਂਦੇ ਹਾਂ ਅਤੇ ਹੁਣ ਦੇਖਦੇ ਹਾਂ ਕਿ ਫਿਲਮ ਇਮੋਸ਼ਨਸ ਦੇ ਨਾਲ ਜੁੜੀ ਹੋਈ ਹੈ ਜਾਂ ਫਿਰ ਸਾਡੇ ਹੱਕ ਦੇ ਨਾਲ ਜੁੜੀ ਹੋਈ ਹੈ ਇਹ ਤਾਂ ਜੀ ਫਿਲਮ ਰਿਲੀਜ਼ ਹੋਣ 'ਤੇ ਪਤਾ ਲੱਗੇਗਾ ਫਿਲਹਾਲ ਪੋਸਟਰ ਰਿਲੀਜ਼ ਹੋ ਚੁੱਕਿਆ ਪੋਸਟਰ ਦੇ ਨਾਲ ਜੁੜੀਆਂ ਹੋਈਆਂ ਡਿਟੇਲਸ ਮੈਂ ਤੁਹਾਨੂੰ ਜ਼ਰੂਰ ਦੇਵਾਂਗੀ ਫਿਲਮ ਦੇ ਵਿੱਚ ਨਜ਼ਰ ਆਉਣਗੇ ਜੀ ਦੇਵ ਖਰੋੜ ਜੀ ਗੱਗੂ ਗਿੱਲ ਜੀ ਵਿਕਟਰ ਜੌਨ ਜੀ ਕਰਨ ਧਾਲੀਵਾਲ ਜੀ ਦੀਪ ਢਿੱਲੋਂ ਜੀ ਹੌਬੀ ਧਾਲੀਵਾਲ ਜੀ ਪ੍ਰੇਮ ਚੋਪੜਾ ਜੀ ਤੇ ਹੋਰ ਵੀ ਕਿੰਨੇ ਹੀ ਪੰਜਾਬੀ ਐਕਟਰ ਤੇ ਫਿਲਮ ਦੇ ਡਾਇਰੈਕਟਰ ਨੇ ਜੀ ਆਸ਼ੀਸ਼ ਪਾਟੀਆ ਜੀ ਤੇ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਜੀ ਸਾਡੇ GD ਪ੍ਰੋਡਕਸ਼ਨਸ ਤੇ ਫਿਲਮ ਦੇ ਰਾਈਟਰ ਨੇ ਜੀ ਖੁਦ ਸਾਡੇ ਦੇਵ ਖਰੋੜ ਜੀ ਤੇ ਫਿਲਮ ਦਾ ਟੀਜ਼ਰ ਰਿਲੀਜ਼ ਹੋਣ ਜਾ ਰਿਹਾ ਜੀ 20 ਸਤੰਬਰ ਨੂੰ ਯਾਨੀ ਤੁਹਾਨੂੰ ਜ਼ਿਆਦਾ ਵੇਟ ਨਹੀਂ ਕਰਨਾ ਪੈਣਾ ਸੋ ਦੇਵ ਖਰੋੜ ਜੀ ਤੁਹਾਡੀ ਇਹ ਫਿਲਮ ਦੇ ਲਈ ਵੀ ਤੁਹਾਡੀ ਹੋਰ ਫਿਲਮਾਂ ਦੀ ਤਰ੍ਹਾਂ ਸਾਡੇ ਪੂਰੀ ਸ਼ਾਨ ਪੰਜਾਬੀ ਦੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਦੁਆਵਾਂ ਨੇ ਕਿ ਤੁਹਾਡੀ ਇਹ ਫਿਲਮ ਵੀ ਸੁਪਰ ਡੁਪਰ ਹਿੱਟ ਰਹੇ ਤੇ ਤੁਸੀਂ ਹਮੇਸ਼ਾ ਹੀ ਤਰੱਕੀਆਂ ਮਾਣਦੇ ਰਹੋ ਸੋ ਦਰਸ਼ਕੋ ਹੁਣ ਮੈਂ ਚੱਲਦੀ ਹਾਂ ਪਰ ਤੁਸੀਂ ਕਿਤੇ ਨਹੀਂ ਜਾਣਾ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ ਸਤਿ ਸ਼੍ਰੀ ਅਕਾਲ ਜੀ